फिलौर पुलिस ने नशे के विरुद्ध छेड़ी मुहिम विच सफलता उस समय हासिल की जदों उन्हां ने एक नौजवान नूं 150 नशे के टीकियां नाल गिरफ्तार किया। एएसआई परमिंदर सिंह मुताबिक इस संबंध विच उन्हां नूं गुप्त सूचना मिली सी, जिस दे आधार ते उन्हां ने कार्रवाई करदे हुए मुलजिम नूं गिरफ्तार किया। ਸਾਨਾ ਹਰਜਿੰਦਰ ਸਿੰਘ ਵਾਸੀ ਤਲਵਣ ਜੋ ਹੁਣ ਕਿਰਾਏ 'ਤੇ ਰਹਿੰਦਾ ਆ ਇੱਥੇ ਫਲੋਰ, ਉਹਦੇ ਕੋਲ ਜਿਹੜਾ ਨਸ਼ੀਲੇ ਟੀਕੇ ਅਤੇ ਨਸ਼ੀਲਾ ਪਦਾਰਥ ਵੇਚਦਾ ਆ, ਅਤੇ ਜਿਹਦੇ 'ਤੇ ਉਹਨੂੰ ਜਾ ਕੇ ਚੈੱਕ ਕਰਕੇ ਉੱਥੋਂ ਅੰਬੇਦਕਰ ਚੌਂਕ ਤੋਂ ਜਿਹੜਾ ਉਹਦੇ ਕੋਲੋਂ 60 ਗ੍ਰਾਮ ਨਸ਼ੀਲਾ ਪਦਾਰਥ ਅਤੇ ਜਿਹੜਾ 150 ML ਉਹਦੇ ਕੋਲੋਂ ਨਸ਼ੀਲੇ ਟੀਕੇ ਬਰਾਮਦ ਹੋਏ ਆ, ਜਿਹਨੂੰ ਕੇਸ ਅਦਾਲਤ ਕੀਤਾ ਜਾਊਗਾ। ਸਰ ਪਤਾ ਲੱਗਾ ਜਾਣਕਾਰੀ ਵਾਲੇ ਪਹਿਲਾਂ ਵੀ ਕਰਦਾ ਸੀ, ਪਹਿਲਾਂ ਵੀ ਕਰਦਾ, ਇਹਦੇ 'ਤੇ ਪਹਿਲਾਂ ਵੀ 1-2 ਪਰਚੇ ਦਰਜ ਹੈਗੇ ਆ। ਕਿਹੜੀ ਧਾਰਾ ਨਾਲ ਪਰਚੇ ਕੱਢਿਆ? ਇਹਦੇ 22-85 ਦੇ ਪਰਚੇ ਦਰਜ ਆ।